ਆਹ ਵੇਖ ਲਓ ਇਹਨਾਂ ਨੌਜਵਾਨਾਂ ਦਾ ਹਾਲ ਜਿਹੜੇ ਕੁੜੀ ਬਣ ਕੇ ਪੇਪਰ ਦੇਣ ਪਹੁੰਚੇ ਨੇ। ਦੱਸਦੇ ਕਿ ਹੈਲਥ ਵਰਕਰ ਦਾ ਪੇਪਰ ਦੇਣ ਆਇਆ ਸੀ ਇਹ ਨੌਜਵਾਨ ਜਿਹੜਾ ਕਿ ਲੜਕੀ ਦੇ ਭੇਸ ਦੇ ਵਿੱਚ ਆਇਆ ਸੀ। ਇਸ ਦੇ ਵੱਲੋਂ ਲੰਮੇ ਵਾਲਾਂ ਦੇ ਨਾਲ ਕੁੜੀਆਂ ਵਾਲੇ ਕੱਪੜੇ ਵੀ ਪਾਏ ਗਏ ਅਤੇ ਇਸ ਦੇ ਕੋਲੋਂ ਜਾਲੀ ਆਈ ਕਾਰਡ ਦੇ ਨਾਲ ਡਾਕੂਮੈਂਟ ਵੀ ਬਰਾਮਦ ਹੋਏ ਨੇ, ਜਿਸ ਤੋਂ ਬਾਅਦ ਪ੍ਰਬੰਧਕਾਂ ਵੱਲੋਂ ਇਸ ਮੁੰਡੇ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਤਾਂ ਦੱਸਦੇ ਕਿ ਮਾਮਲਾ ਕੋਟਕਪੂਰਾ ਤੋਂ ਸਾਹਮਣੇ ਆਇਆ ਜਿੱਥੇ DAV ਸਕੂਲ ਦੇ ਵਿੱਚ ਪੇਪਰ ਦੇਣੇ ਮੁੰਡਾ ਆਇਆ ਸੀ, ਜਿਸ ਨੂੰ ਵੇਖ ਕੇ ਇੱਕ ਸਮੇਂ ਤਾਂ ਇਹ ਪ੍ਰਬੰਧਕ ਵੀ ਧੋਖਾ ਖਾ ਗਏ ਸੀ, ਜਿਸ ਤੋਂ ਬਾਅਦ ਉਹਨਾਂ ਨੂੰ ਇਸ 'ਤੇ ਸ਼ੱਕ ਹੋਇਆ ਕਿ ਇਹ ਕੋਈ ਲੜਕੀ ਨਹੀਂ ਸਗੋਂ ਲੜਕਾ ਹੈ ਜੋ ਲੜਕੀ ਦੇ ਭੇਸ ਦੇ ਵਿੱਚ ਆਇਆ। ਜਦੋਂ ਉਸਦੇ ਦਸਤਾਵੇਜ਼ ਚੈੱਕ ਕੀਤੇ ਗਏ ਤਾਂ ਮੌਕੇ ਤੋਂ ਉਸ ਕੋਲੋਂ ਜੋ ਦਸਤਾਵੇਜ਼ ਪੇਸ਼ ਕੀਤੇ ਗਏ ਉਸ ਤੋਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਭੇਸ ਬਦਲ ਕੇ ਆਇਆ। ਜਿਸ ਤੋਂ ਬਾਅਦ ਇਸ ਸੰਬੰਧੀ ਸੂਚਨਾ ਪੁਲਿਸ ਨੂੰ ਦਿੱਤੀ ਜਾਂਦੀ ਹੈ ਅਤੇ ਸ਼ਖਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ। ਮਿਲੀ ਜਾਣਕਾਰੀ ਅਨੁਸਾਰ ਕੋਟਕਪੂਰਾ ਦੇ DAV ਸਕੂਲ ਦੇ ਵਿੱਚ ਮਲਟੀਪਰਪਜ਼ ਹੈਲਥ ਵਰਕਰ ਦਾ ਪੇਪਰ ਸੀ, ਜਿਸ ਸੰਬੰਧੀ ਇਹ ਨੌਜਵਾਨ ਲੜਕੀ ਦੇ ਭੇਸ ਵਿੱਚ ਪੇਪਰ ਦੇਣ ਆਇਆ ਸੀ। ਪਰ ਮੌਕੇ 'ਤੇ ਪ੍ਰਬੰਧਕਾਂ ਵੱਲੋਂ ਇਸ ਨੂੰ ਪਹਿਚਾਣ ਲਿਆ ਜਾਂਦਾ ਹੈ ਅਤੇ ਜਦ ਇਸ ਤੋਂ ਆਈ ਕਾਰਡ ਅਤੇ ਹੋਰ ਡਾਕੂਮੈਂਟ ਮੰਗੇ ਜਾਂਦੇ ਨੇ, ਇਹ ਵੀ ਇਸ ਦੇ ਵੱਲੋਂ ਜਾਲੀ ਬਣਾਏ ਹੋਏ ਸੀ। ਵੇਖ ਸਕਦੇ ਹੋ ਸਕਰੀਨ ਦੇ ਉੱਤੇ ਕਿਸ ਤਰੀਕੇ ਦੇ ਨਾਲ ਇਹ ਲੜਕੀ ਦੇ ਭੇਸ ਦੇ ਵਿੱਚ ਬੈਠਾ ਹੈ ਅਤੇ ਇਸ ਵੱਲੋਂ ਪੇਸ਼ ਕੀਤੇ ਹੋਏ ਡਾਕੂਮੈਂਟ ਵੀ ਜਾਲੀ ਸੀ। ਦੱਸਦੇ ਕਿ ਹੈਲਥ ਵਰਕਰ ਦਾ ਪੇਪਰ ਸੀਗਾ ਜਿਸ ਨੂੰ ਲੈ ਕੇ ਇਹ ਨੌਜਵਾਨ ਲੜਕੀ ਦਾ ਭੇਸ ਬਣਾ ਕੇ ਐਗਜ਼ਾਮ ਹਾਲ ਦੇ ਵਿੱਚ ਦਾਖਲ ਹੁੰਦਾ, ਪਰ ਪ੍ਰਬੰਧਕਾਂ ਵੱਲੋਂ ਮੌਕੇ 'ਤੇ ਇਸ ਨੂੰ ਪਹਿਚਾਣ ਲਿਆ ਜਾਂਦਾ ਕਿ ਇਹ ਲੜਕੀ ਨਹੀਂ ਸਗੋਂ ਲੜਕਾ ਹੈ ਜੋ ਕਿ ਲੜਕੀ ਦੇ ਭੇਸ ਦੇ ਵਿੱਚ ਹੈ, ਜਿਸ ਤੋਂ ਬਾਅਦ ਇਸ ਨੌਜਵਾਨ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ। ਆਹ ਵੇਖ ਲਓ ਇਹਨਾਂ ਨੌਜਵਾਨਾਂ ਦਾ ਹਾਲ ਜਿਹੜੇ ਕੁੜੀ ਬਣ ਕੇ ਪੇਪਰ ਦੇਣ ਪਹੁੰਚੇ ਨੇ। ਦੱਸਦੇ ਕਿ ਹੈਲਥ ਵਰਕਰ ਦਾ ਪੇਪਰ ਦੇਣ ਆਇਆ ਸੀ ਇਹ ਨੌਜਵਾਨ ਜਿਹੜਾ ਕਿ ਲੜਕੀ ਦੇ ਭੇਸ ਦੇ ਵਿੱਚ ਆਇਆ ਸੀ। ਇਸ ਦੇ ਵੱਲੋਂ ਲੰਮੇ ਵਾਲਾਂ ਦੇ ਨਾਲ ਕੁੜੀਆਂ ਵਾਲੇ ਕੱਪੜੇ ਵੀ ਪਾਏ ਗਏ ਅਤੇ ਇਸ ਦੇ ਕੋਲੋਂ ਜਾਲੀ ਆਈ ਕਾਰਡ ਦੇ ਨਾਲ ਡਾਕੂਮੈਂਟ ਵੀ ਬਰਾਮਦ ਹੋਏ ਨੇ, ਜਿਸ ਤੋਂ ਬਾਅਦ ਪ੍ਰਬੰਧਕਾਂ ਵੱਲੋਂ ਇਸ ਮੁੰਡੇ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਤਾਂ ਦੱਸਦੇ ਕਿ ਮਾਮਲਾ ਕੋਟਕਪੂਰਾ ਤੋਂ ਸਾਹਮਣੇ ਆਇਆ ਜਿੱਥੇ DAV ਸਕੂਲ ਦੇ ਵਿੱਚ ਪੇਪਰ ਦੇਣੇ ਮੁੰਡਾ ਆਇਆ ਸੀ, ਜਿਸ ਨੂੰ ਵੇਖ ਕੇ ਇੱਕ ਸਮੇਂ ਤਾਂ ਇਹ ਪ੍ਰਬੰਧਕ ਵੀ ਧੋਖਾ ਖਾ ਗਏ ਸੀ, ਜਿਸ ਤੋਂ ਬਾਅਦ ਉਹਨਾਂ ਨੂੰ ਇਸ 'ਤੇ ਸ਼ੱਕ ਹੋਇਆ ਕਿ ਇਹ ਕੋਈ ਲੜਕੀ ਨਹੀਂ ਸਗੋਂ ਲੜਕਾ ਹੈ ਜੋ ਲੜਕੀ ਦੇ ਭੇਸ ਦੇ ਵਿੱਚ ਆਇਆ। ਜਦੋਂ ਉਸਦੇ ਦਸਤਾਵੇਜ਼ ਚੈੱਕ ਕੀਤੇ ਗਏ ਤਾਂ ਮੌਕੇ ਤੋਂ ਉਸ ਕੋਲੋਂ ਜੋ ਦਸਤਾਵੇਜ਼ ਪੇਸ਼ ਕੀਤੇ ਗਏ ਉਸ ਤੋਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਭੇਸ ਬਦਲ ਕੇ ਆਇਆ। ਜਿਸ ਤੋਂ ਬਾਅਦ ਇਸ ਸੰਬੰਧੀ ਸੂਚਨਾ ਪੁਲਿਸ ਨੂੰ ਦਿੱਤੀ ਜਾਂਦੀ ਹੈ ਅਤੇ ਸ਼ਖਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ। ਮਿਲੀ ਜਾਣਕਾਰੀ ਅਨੁਸਾਰ ਕੋਟਕਪੂਰਾ ਦੇ DAV ਸਕੂਲ ਦੇ ਵਿੱਚ ਮਲਟੀਪਰਪਜ਼ ਹੈਲਥ ਵਰਕਰ ਦਾ ਪੇਪਰ ਸੀ, ਜਿਸ ਸੰਬੰਧੀ ਇਹ ਨੌਜਵਾਨ ਲੜਕੀ ਦੇ ਭੇਸ ਵਿੱਚ ਪੇਪਰ ਦੇਣ ਆਇਆ ਸੀ। ਪਰ ਮੌਕੇ 'ਤੇ ਪ੍ਰਬੰਧਕਾਂ ਵੱਲੋਂ ਇਸ ਨੂੰ ਪਹਿਚਾਣ ਲਿਆ ਜਾਂਦਾ ਹੈ ਅਤੇ ਜਦ ਇਸ ਤੋਂ ਆਈ ਕਾਰਡ ਅਤੇ ਹੋਰ ਡਾਕੂਮੈਂਟ ਮੰਗੇ ਜਾਂਦੇ ਨੇ, ਇਹ ਵੀ ਇਸ ਦੇ ਵੱਲੋਂ ਜਾਲੀ ਬਣਾਏ ਹੋਏ ਸੀ। ਵੇਖ ਸਕਦੇ ਹੋ ਸਕਰੀਨ ਦੇ ਉੱਤੇ ਕਿਸ ਤਰੀਕੇ ਦੇ ਨਾਲ ਇਹ ਲੜਕੀ ਦੇ ਭੇਸ ਦੇ ਵਿੱਚ ਬੈਠਾ ਹੈ ਅਤੇ ਇਸ ਵੱਲੋਂ ਪੇਸ਼ ਕੀਤੇ ਹੋਏ ਡਾਕੂਮੈਂਟ ਵੀ ਜਾਲੀ ਸੀ। ਦੱਸਦੇ ਕਿ ਹੈਲਥ ਵਰਕਰ ਦਾ ਪੇਪਰ ਸੀਗਾ ਜਿਸ ਨੂੰ ਲੈ ਕੇ ਇਹ ਨੌਜਵਾਨ ਲੜਕੀ ਦਾ ਭੇਸ ਬਣਾ ਕੇ ਐਗਜ਼ਾਮ ਹਾਲ ਦੇ ਵਿੱਚ ਦਾਖਲ ਹੁੰਦਾ, ਪਰ ਪ੍ਰਬੰਧਕਾਂ ਵੱਲੋਂ ਮੌਕੇ 'ਤੇ ਇਸ ਨੂੰ ਪਹਿਚਾਣ ਲਿਆ ਜਾਂਦਾ ਕਿ ਇਹ ਲੜਕੀ ਨਹੀਂ ਸਗੋਂ ਲੜਕਾ ਹੈ ਜੋ ਕਿ ਲੜਕੀ ਦੇ ਭੇਸ ਦੇ ਵਿੱਚ ਹੈ, ਜਿਸ ਤੋਂ ਬਾਅਦ ਇਸ ਨੌਜਵਾਨ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ।